ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ, ਪਰ ਮੇਰੇ ਨਾਲ ਮੌਜੂਦਾ ਵਿਧਾਇਕ ਨੇ ਆਪਾਂ ਗੱਲਬਾਤ ਕਰਦੇ ਹਾਂ। ਅਮਿਤ ਜੀ, ਕਿਸ ਤਰ੍ਹਾਂ ਵੇਖਦੇ ਹੋ ਡਿੰਪੀ ਢਿੱਲੋਂ ਦੀ ਇੱਧਰ ਆਮਦ, ਕਿੰਨਾ ਫਰਕ ਪਊਗਾ ਪਾਰਟੀ ਨੂੰ? ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਆ, ਕਿਉਂਕਿ ਡਿੰਪੀ ਢਿੱਲੋਂ ਜੀ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਸਟੇਜ 'ਤੇ ਵੀ ਭਾਵੁਕ ਹੋ ਕੇ ਉਹਨਾਂ ਨੇ ਦੱਸਿਆ ਕਿ ਮੇਰਾ 38 ਸਾਲ ਦਾ ਸੰਘਰਸ਼ ਸੀਗਾ ਜਿਹਦਾ ਮੁੱਲ ਨਹੀਂ ਪਾਇਆ ਗਾ, ਅਤੇ ਮੁੱਖ ਮੰਤਰੀ ਸਾਹਿਬ ਨੇ ਵੀ ਸਟੇਜ ਤੋਂ ਇਹੀ ਗੱਲ ਕਹੀ, ਕਹਿੰਦੇ ਡਿੰਪੀ ਢਿੱਲੋਂ ਨੇ ਪਾਰਟੀ ਨਹੀਂ ਛੱਡੀ, ਪਾਰਟੀ ਨੇ ਡਿੰਪੀ ਜੀ ਨੂੰ ਛੱਡਿਆ ਹੈ। ਤਾਂ ਅਸੀਂ ਸ਼ੁਰੂ ਤੋਂ ਜਦੋਂ ਤੋਂ ਪਾਰਟੀ ਬਣੀ ਆ, ਜਿਹੜੀ ਪਹਿਲੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਸੀਗੀ ਉਹਦੇ 'ਚ ਅਸੀਂ ਇਹ ਗੱਲ ਜ਼ਰੂਰ ਕਹੀ ਸੀ ਕਿ ਦੇਸ਼ ਦੇ ਵਿੱਚ ਜੇ ਕੋਈ ਵੀ ਚੰਗਾ ਲੀਡਰ, ਵਧੀਆ ਇਮਾਨਦਾਰ ਲੀਡਰ ਆ, ਜੇ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਤਾਂ ਅਸੀਂ ਉਹਦਾ ਦਿਲ ਦੀਆਂ ਗਹਿਰਾਈਆਂ 'ਚ ਉਹਦਾ ਵੈਲਕਮ ਵੀ ਕਰਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ। ਤਾਂ ਉਸੇ ਤਰ੍ਹਾਂ ਜੇ ਡਿੰਪੀ ਜੀ ਆਏ ਨੇ ਉਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਬੜੀ ਮਜ਼ਬੂਤੀ ਮਿਲੂਗੀ ਪਾਰਟੀ। ਪ੍ਰੋਬਲਮ ਹੈ ਕਾਫੀ ਸ਼ਹਿਰ ਦੀਆਂ, ਸੀਐਮ ਦੇ ਨਾਲ ਵੀ ਡਿਸਕਸ ਕੀਤੀ ਹੈ, ਤੁਸੀਂ ਵਿਧਾਇਕ ਹੋ, ਕੀ ਲੱਗਦਾ ਗਿੱਦੜਵਾ ਵਾਸੀਆਂ ਨੂੰ ਕਦੋਂ ਉਹਨਾਂ ਚੀਜ਼ਾਂ ਨੂੰ ਨਜ਼ਾਤ ਮਿਲੂਗੀ ਜਿੰਨੀ ਚੋਣ ਸਿੱਧੇ ਆ ਗਈ? ਦੇਖੋ ਜੀ, ਇਦੋਂ ਜਲਦੀ ਕੁਛ ਨਹੀਂ ਹੋ ਸਕਦਾ। ਡਿੰਪੀ ਜੀ ਨੇ ਸਟੇਜ ਤੋਂ ਕਿਹਾ ਕਿ ਸਾਨੂੰ ਸੀਵਰੇਜ ਚਾਹੀਦਾ, ਅਤੇ ਆਪਣੇ ਮੁੱਖ ਮੰਤਰੀ ਸਾਹਿਬ ਨੇ 10 ਮਿੰਟ ਦੇ ਅੰਦਰ ਅੰਦਰ ਲਗਭਗ 28-30 ਕਰੋੜ ਰੁਪਈਆ ਮਨਜ਼ੂਰ ਕਰਤਾ ਸੀਵਰੇਜ ਵਾਸਤੇ। ਤਾਂ ਇਹੋ ਜਿਹੇ ਹੋਰ ਬਹੁਤ ਪ੍ਰੋਜੈਕਟ ਉਹ ਲਗਾਤਾਰ ਆਉਂਦੇ ਰਹਿਣਗੇ। ਬਿਲਕੁਲ, ਹੋਰ ਪ੍ਰੋਜੈਕਟ ਵੀ ਆਉਣਗੇ, ਬਲਕਾਰ ਸਿੱਧੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੇ ਐਡਾ ਵੱਡਾ ਪ੍ਰੋਗਰਾਮ, ਇੰਨੀ ਵੱਡੀ ਗਿਣਤੀ ਦੇ ਵਿੱਚ ਸਪੋਰਟਰ ਸੀ ਜਿਹੜੇ ਡਿੰਪੀ ਢਿੱਲੋਂ ਦੇ, ਤੁਹਾਡੀ ਪਾਰਟੀ ਸ਼ਾਮਲ ਹੋ ਗਈ? ਦੇਖੋ, ਇਹ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੇ ਕੀਤੇ ਕੰਮਾਂ 'ਤੇ ਆ, ਜੋ ਪੰਜਾਬ ਦੇ ਵਿੱਚ ਪਿਛਲੇ 2-2.5 ਸਾਲ ਦੇ ਵਿੱਚ ਜੋ ਵਾਅਦੇ ਪੂਰੇ ਕੀਤੇ ਆ ਮਾਨ ਸਾਹਿਬ ਨੇ, ਬਿਜਲੀ ਦਾ ਵਾਅਦਾ, 42,000-43,000 ਨੌਕਰੀਆਂ, ਹੋਰ ਵੱਡੇ ਵੱਡੇ ਵਾਅਦੇ, ਮਾਲਵਾ ਨਹਿਰ ਥਰਮਲ ਖਰੀਦਿਆ, ਉਹਨੂੰ ਦੇਖ ਕੇ ਪਾਰਟੀ ਦੇ ਨਾਲ ਜੁੜ ਰਹੇ ਆ। ਮੈਂ ਮੁਬਾਰਕਬਾਦ ਦੇਣਾ ਜੀ ਆਖਦਾ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਣ ਲਈ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਹਿਬ, ਉਹਨਾਂ ਨੇ ਵਧੀਆ ਡਿਸੀਜਨ ਲਿਆ ਅਤੇ ਉਹਨਾਂ ਨੇ ਜੋ ਪਾਰਟੀ ਜੁਆਇਨ ਕੀਤੀ ਆ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਮਿਲੂਗਾ। ਜੋ ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਇੰਨਾ ਪਿਆਰ ਦੇ ਕੇ ਗਏ ਉਹਨਾਂ ਨੂੰ, ਅਤੇ ਇੰਨਾ ਪਿਆਰ ਮੇਰੇ 38 ਸਾਲ ਦੇ ਉਹ ਪਰਿਵਾਰ ਤੋਂ ਮਿਲਿਆ ਜਿੱਥੇ ਉਹਨਾਂ ਇੰਨੀ ਜ਼ਿੰਦਗੀ ਲਾਤੀ। ਜਿਮਨੀ ਚੋਣ ਗਿੱਦੜਵਾ ਨੂੰ ਬਲਕਾਰ ਕਿਵੇਂ ਦੇਖਦੇ ਹੋ? ਕਾਫੀ ਵੱਡੀ ਸਿਆਸਤ ਦਾ ਗੜ੍ਹ ਗਿੱਦੜਵਾ ਕਿਹਾ ਜਾਂਦਾ ਹੈ, ਬਾਦਲ ਪਰਿਵਾਰ ਇੱਥੋਂ ਲੜ ਰਿਹਾ, ਅਮਰਿੰਦਰ ਸਿੰਘ, ਰਾਜਾ ਵੜਿੰਗ ਲੰਬੇ ਟਾਈਮ ਤੋਂ ਉੱਥੇ ਕਾਬਜ਼ ਨੇ, ਕਿਵੇਂ ਦੇਖਦੇ ਹੋ? ਦੇਖੋ, ਬਾਦਲ ਪਰਿਵਾਰ ਤਾਂ ਇਹ ਗੱਲ ਹੋ ਗਈ, ਇੱਕ ਮਾਨ ਸਾਹਿਬ ਪਹਿਲਾਂ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਪੰਜਾਬ ਨੇ ਇਹਨਾਂ ਨੇ ਇੰਨਾ ਧਰੋਹ ਕਮਾਇਆ, ਉਹਦੀ ਅੱਜ ਸਜ਼ਾ ਮਿਲ ਰਹੀ ਆ। ਉਹ ਪਹਿਲਾਂ ਇਹਨਾਂ ਦੇ 32 ਦਾ ਹੁੰਦਾ, ਉਹ ਗੱਲ ਮੂੰਹ 'ਚੋਂ ਨਿਕਲ ਜਿਹੜੀ ਪੂਰੀ ਹੋ ਜਾਂਦੀ ਹੈ। ਤੁਸੀਂ ਇਹ ਦੇਖੋ, ਕਹਿੰਦੇ ਵੀ ਇਹ ਟਿਕਟ ਲੈ ਕੇ ਨਾ ਜਾਇਆ ਕਰਨਗੇ, ਲੋਕਾਂ ਨੇ ਟਿਕਟ ਨਹੀਂ ਲੈਣੀ, ਇਹ ਮੁੜ ਕੇ ਟਿਕਟ ਥੱਲੇ ਦੀ ਦਰਵਾਜ਼ੇ ਸਿੱਟਿਆ ਕਰਨਗੇ, ਕਹਿੰਦੇ ਕੌਣ ਟਿਕਟ ਸਿੱਟ ਗਿਆ? ਡਿੰਪੀ ਢਿੱਲੋਂ ਸਾਹਿਬ ਮਗਰ ਲਈ ਫਿਰਦਾ ਟਿਕਟ, ਵੀ 10 ਦਿਨ ਦਿੱਤੇ, ਹਾਲ ਹੋ ਗਿਆ ਜੀ, 11 ਮੈਂਬਰ ਨਹੀਂ ਮਿਲਣੇ ਨੂੰ ਕਮੇਟੀ ਬਣਾਉਣਾ। ਮੁਕਾਬਲਾ ਕਿਵੇਂ ਰਹੂਗਾ? ਸ਼ਹਿਰ ਦੀ ਗੱਲ ਕੀਤੀ ਹੈ, ਮੈਂ ਰਾਜੇ ਵੜਿੰਗ ਦੀ ਇੰਟਰਵਿਊ ਸੁਣ ਰਿਹਾ ਸੀ, ਕਹਿੰਦੇ ਕਿੱਥੇ ਬਾਦਲ ਆਉਣਗੇ ਉੱਥੇ ਮੈਂ ਵੀ ਉਮੀਦਵਾਰ ਬਣਾਂਗਾ ਜਾਂ ਮੇਰੀ ਵਾਹੀ ਬਣੇਗੀ? ਦੇਖੋ, ਤਾਂ ਉਹਨਾਂ ਦਾ ਪਾਰਟੀ ਦਾ ਫੈਸਲਾ, ਸਾਡੀ ਕੋਈ ਗੱਲ ਨਹੀਂ। ਮੁਕਾਬਲਾ ਸਾਡੇ ਨਾਲ ਕਿਸੇ ਦਿਨ, ਸਾਡਾ ਆਪਣਾ ਮੁਕਾਬਲਾ, ਅਸੀਂ ਆਪਣੇ ਮੁਕਾਬਲੇ ਵੱਧ ਤੋਂ ਵੱਧ ਭਾਰੀ ਬਹੁਮਤ ਦੇ ਨਾਲ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਤਾਵਾਂਗੇ। ਬਿਲਕੁਲ, ਬਲਕਾਰ ਸਿੱਧੂ ਨੇ ਦੱਸ ਰਹੇ ਹੈ ਕਿ ਡਿੰਪੀ ਢਿੱਲੋਂ ਦੇ ਆਉਣ ਦੇ ਨਾਲ, ਇੰਨੀ ਵੱਡੀ ਗਿਣਤੀ ਵਿੱਚ ਸਪੋਰਟਰਾਂ ਦੇ ਆਉਣ ਦੇ ਨਾਲ, ਜਿੱਥੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਉੱਥੇ ਗਿੱਦੜਵਾ ਸ਼ਹਿਰ ਦਾ ਵਿਕਾਸ ਹੋਏਗਾ। ਕਰੋੜਾਂ ਰੁਪਏ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹਿਰ ਨਿਵਾਸੀਆਂ ਦੇ ਕੰਮਾਂ ਦੇ ਲਈ ਰਿਲੀਜ਼ ਕਰ ਦਿੱਤੇ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।